ਹੈਲੋ ਦੋਸਤੋ, ਡਿਜੀਟਲ ਕਲਾਸਰੂਮ 'ਚ ਤੁਹਾਡਾ ਸਵਾਗਤ ਆ। ਤਾਂ PPSC ਦੇ ਦੁਆਰਾ ਜੋ ਤੁਹਾਡੀਆਂ ਵੈਕੈਂਸੀਜ਼ ਨੇ ਉਹ ਆਊਟ ਕਰ ਦਿੱਤੀਆਂ ਗਈਆਂ ਨੇ। PPSC ਨੇ 158 ਜੋ ਪੋਸਟਾਂ ਆਊਟ ਕੀਤੀਆਂ ਨੇ ਉਹ ਪ੍ਰਿੰਸੀਪਲ ਦੀਆਂ ਆਊਟ ਕੀਤੀਆਂ ਨੇ, 311 ਜੋ ਵੈਕੈਂਸੀਜ਼ ਆਊਟ ਕੀਤੀਆਂ ਨੇ ਹੈੱਡ ਮਾਸਟਰ ਅਤੇ ਹੈੱਡ ਮਿਸਟਰਸ ਦੀਆਂ ਵੈਕੈਂਸੀਜ਼ ਆਊਟ ਕੀਤੀਆਂ ਨੇ, ਅਤੇ ਜੋ 75 ਵੈਕੈਂਸੀਜ਼ ਆਊਟ ਕੀਤੀਆਂ ਨੇ ਉਹ ਤੁਹਾਡੀਆਂ ਬਲੋਕ ਪ੍ਰਾਇਮਰੀ ਐਜੂਕੇਸ਼ਨ ਆਫਿਸਰ ਦੀਆਂ ਵੈਕੈਂਸੀਜ਼ ਆਊਟ ਕੀਤੀਆਂ ਨੇ। ਤਾਂ ਇਹਨਾਂ ਦੇ ਐਲੀਜੀਬਿਲਟੀ ਕ੍ਰਾਈਟੀਰੀਆ ਦੇ ਨਾਲ ਰਿਲੇਟਡ ਮੈਂ ਆਲਰੇਡੀ ਵੀਡੀਓ ਪਹਿਲਾਂ ਇੱਕ ਬਣਾ ਚੁੱਕਿਆ, ਤਾਂ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਐਲੀਜੀਬਿਲਟੀ ਕ੍ਰਾਈਟੀਰੀਆ ਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਊਂਗਾ। ਇੱਥੇ ਹੁਣ ਆਪਾਂ ਸਿੱਧਾ ਆਉਣੀ ਹੈ ਕਿ ਵੈਕੈਂਸੀਜ਼ ਦਾ ਜੋ ਡਿਵਾਈਡੇਸ਼ਨ ਉਹ ਕਿੱਦਾਂ ਕੀਤਾ ਗਿਆ। ਤਾਂ ਡਿਵਾਈਡੇਸ਼ਨ ਜਿਵੇਂ ਕਿ ਆਪਾਂ ਜਾਣਦੇ ਹਾਂ, ਜਿਵੇਂ ਪਹਿਲਾਂ ਕੀਤਾ ਜਾਂਦਾ ਹੁੰਦਾ ਉਵੇਂ ਹੀ ਕੀਤਾ ਗਿਆ, ਲੇਕਿਨ ਐਤਕੀ ਕਿਉਂਕਿ ਇੱਕ ਨਵੀਂ ਜੋ ਇੱਥੇ ਕੈਟੇਗਰੀ ਹੈ ਉਸ ਨੂੰ ਇਨਕਲੂਡ ਕੀਤਾ ਗਿਆ, ਉਸ ਕੈਟੇਗਰੀ ਦਾ ਨਾਮ ਇਕਨੋਮਿਕਲ ਵੀਕਰ ਸੈਕਸ਼ਨ। ਤਾਂ ਇਸ ਚੀਜ਼ ਕਰਕੇ ਜੋ ਜਰਨਲ ਦੀਆਂ ਪੋਸਟਾਂ ਨੇ ਥੋੜ੍ਹੀਆਂ ਜਿਹੀਆਂ ਘੱਟ ਗਈਆਂ ਨੇ, ਠੀਕ ਹੈ। ਤਾਂ ਇੱਥੇ 40% ਜੋ ਪੋਸਟਾਂ ਨੇ ਉਹ ਜਰਨਲ ਦੀਆਂ ਨੇ, ਅਤੇ ਉਸ ਤੋਂ ਬਾਅਦ 10% ਜੋ ਪੋਸਟਾਂ ਨੇ ਉਹ ਇਕਨੋਮਿਕਲ ਵੀਕਰ ਸੈਕਸ਼ਨ ਦੀਆਂ ਨੇ, ਅਤੇ ਜਿੱਦਾਂ ਪਹਿਲਾਂ ਵੈਕੈਂਸੀਜ਼ ਡਿਵਾਈਡ ਕੀਤੀਆਂ ਜਾਂਦੀਆਂ ਨੇ SC BC ਕੈਟੇਗਰੀ ਦੇ ਵਿੱਚ, ਉੱਦਾਂ ਹੀ ਡਿਵਾਈਡ ਕੀਤੀਆਂ ਗਈਆਂ ਨੇ, ਠੀਕ ਹੈ। ਤਾਂ ਇੱਥੇ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਹੜੇ ਕੈਂਡੀਡੇਟ ਇਕਨੋਮਿਕਲ ਵੀਕਰ ਸੈਕਸ਼ਨ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਲਈ ਇੱਕ ਬਹੁਤ ਵਧੀਆ ਮੌਕਾ ਹੈ, ਕਿਉਂਕਿ ਇਕਨੋਮਿਕਲ ਵੀਕਰ ਸੈਕਸ਼ਨ ਦੇ ਵਿੱਚ ਬਹੁਤੇ ਜੋ ਆਲਰੇਡੀ ਟੀਚਰ ਲੱਗੇ ਹੋਏ ਕੈਂਡੀਡੇਟਸ ਨੇ ਉਹ ਇਸ ਦੇ ਵਿੱਚ ਨਹੀਂ ਆ ਸਕਦੇ ਕੈਟੇਗਰੀ ਦੇ ਵਿੱਚ, ਕਿਉਂਕਿ ਉਹਨਾਂ ਦੀ ਜੋ ਸੈਲਰੀ ਹੈ ਜਾਂ ਤਾਂ ਉਹ 8 ਲੱਖ ਤੋਂ ਜ਼ਿਆਦਾ ਬਣਦੀ ਹੈ ਪੂਰੇ ਸਾਲ ਦੀ ਉਹਨਾਂ ਦੇ ਪਰਿਵਾਰ ਦੀ ਮਿਲਾ ਕੇ, ਜਾਂ ਫਿਰ ਕੀ ਹੈ ਕਿ ਉਹਨਾਂ ਕੋਲ 100 ਗਜ਼ ਤੋਂ ਜਗ੍ਹਾ ਕੀ ਹੈ ਜ਼ਿਆਦਾ। ਅਤੇ ਜੋ ਟੀਚਰ ਨੇ ਉਹ ਇਹ ਜੋ ਕੈਟਾਗਰੀ ਹੈ ਇਕਨੋਮਿਕਲ ਵੀਕਰ ਸੈਕਸ਼ਨ ਇਹਦੇ ਵਿੱਚੋਂ ਐਕਸਕਲੂਡ ਹੋ ਜਾਣਗੇ, ਇਸ ਦੇ ਵਿੱਚ ਇਨਕਲੂਡ ਨਹੀਂ ਕੀਤੇ ਜਾਣਗੇ। ਤਾਂ ਜਿਹੜੇ ਠੇਕੇ ਦੇ ਉੱਤੇ ਟੀਚਰ ਲੱਗੇ ਹੋਏ ਨੇ ਜਾਂ ਫਿਰ ਗੈਸਟ ਟੀਚਰ ਨੇ ਉਹਨਾਂ ਲਈ ਇੱਕ ਵਧੀਆ ਮੌਕਾ ਹੈ, ਇਸ ਦੇ ਵਿੱਚ ਇਕਨੋਮਿਕਲ ਵੀਕਰ ਸੈਕਸ਼ਨ ਦੇ ਵਿੱਚ ਉਹਨਾਂ ਨੇ ਅਪਲਾਈ ਕਰਨਾ ਹੈ, ਅਤੇ ਉਹਨਾਂ ਦੀ ਜੋ ਪੋਸਟ ਹੈ ਇਸ ਦੇ ਵਿੱਚ ਪੱਕੀ ਹੈ, ਠੀਕ ਹੈ। ਤਾਂ ਬਾਕੀ ਜੋ ਕੈਟਾਗਰੀਆਂ ਨੇ ਤੁਸੀਂ ਉਹਨਾਂ ਦੀਆਂ ਜੋ ਡਿਵਾਈਡੇਸ਼ਨ ਉਹ ਚੈੱਕ ਕਰ ਸਕਦੇ ਹੋ। SC ਕੈਟਾਗਰੀ ਦੀਆਂ 16 ਪੋਸਟਾਂ ਨੇ, ਅਦਰ ਵਾਲਿਆਂ ਦੀਆਂ ਅਤੇ ਬਾਲਮੀਕੀ ਜੋ ਮਜ਼੍ਹਬੀ ਸਿੱਖ ਵਾਲੇ ਕੈਂਡੀਡੇਟਸ ਨੇ ਉਹਨਾਂ ਦੀਆਂ ਵੀ 16 ਨੇ, ਠੀਕ ਹੈ। ਤਾਂ ਇੱਥੇ ਜਿਵੇਂ ਕਿ ਆਪਾਂ ਜਾਣਦੇ ਹਾਂ ਵੀ ਇਹ ਜੋ ਡਿਵਾਈਡੇਸ਼ਨ ਹੁੰਦਾ ਇਹ ਪਰਸੈਂਟੇਜ ਦੇ ਹਿਸਾਬ 'ਤੇ ਹੁੰਦਾ, ਨੀਅਰ ਅਬਾਊਟ 10% ਦੋਵਾਂ ਨੂੰ ਦਿੱਤੀਆਂ ਜਾਂਦੀਆਂ ਹੁੰਦੀਆਂ, ਠੀਕ ਹੈ, 10 ਜਾਂ 11%, ਠੀਕ ਹੈ। ਤਾਂ ਉਸ ਤੋਂ ਬਾਅਦ ਹੁਣ ਆਪਾਂ ਐਲੀਜੀਬਿਲਟੀ ਕ੍ਰਾਈਟੀਰੀਆ ਦੀ ਜੇਕਰ ਗੱਲ ਕਰੀਏ, ਤਾਂ ਤੁਸੀਂ ਜਾਣਦੇ ਹੋ ਵੀ ਮਾਸਟਰ ਡਿਗਰੀ ਆਰਟਸ, ਸਾਇੰਸ, ਕਮਰਸ ਕਿਸੇ ਵੀ ਫੀਲਡ ਦੇ ਵਿੱਚ ਕੀਤੀ ਹੈ ਤੁਸੀਂ ਤਾਂ ਅਪਲਾਈ ਕਰ ਸਕਦੇ ਹੋ। 50% ਮਿਨੀਮਮ ਤੁਹਾਨੂੰ ਚਾਹੀਦੇ ਨੇ ਜੇਕਰ ਤੁਸੀਂ ਜਰਨਲ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ, ਅਤੇ ਉਸ ਤੋਂ 45% ਤੁਹਾਨੂੰ ਚਾਹੀਦੇ ਨੇ ਜੇਕਰ ਤੁਸੀਂ SC ST ਜਾਂ ਫਿਰ ਬੈਕਵਰਡ ਕਲਾਸਿਸ ਨੂੰ ਬਿਲੋਂਗ ਕਰਦੇ ਹੋ, ਠੀਕ ਹੈ। ਤਾਂ ਇੱਥੇ ਇੱਕ ਹੋਰ ਜੋ ਚੀਜ਼ ਧਿਆਨ ਦੇ ਵਿੱਚ ਰੱਖਣ ਵਾਲੀ ਉਹ ਤੁਸੀਂ ਜਾਣਦੇ ਹੋ ਵੀ ਵੋਕੇਸ਼ਨਲ ਜੋ ਟੀਚਰ ਨੇ ਚਾਹੇ ਉਹ ਕੰਪਿਊਟਰ ਫੈਕਲਟੀ ਹੈ ਉਹਨਾਂ ਲਈ ਜੋ ਇੱਥੇ ਡਿਗਰੀ ਹੈ BEd ਦੀ ਉਹ ਕੀ ਹੈ ਇੰਪੋਰਟੈਂਟ ਨਹੀਂ ਹੈਗੀ, ਅਤੇ ਬਾਕੀ ਜੋ ਕੈਂਡੀਡੇਟਸ ਨੇ ਉਹਨਾਂ ਕੋਲ ਡਿਗਰੀ ਹੋਣੀ ਚਾਹੀਦੀ ਹੈ ਤੁਹਾਡੀ BEd ਦੀ, ਠੀਕ ਹੈ। ਤਾਂ ਇੱਥੇ ਇਹ ਚੀਜ਼ ਇੱਥੇ ਖਾਸ ਹੈ ਜੋ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਅਤੇ ਉਸ ਤੋਂ ਬਾਅਦ ਜਿਵੇਂ ਕਿ ਤੁਸੀਂ ਜਾਣਦੇ ਹੋ ਵੀ ਇੱਥੇ ਟੀਚਿੰਗ ਐਕਸਪੀਰੀਅੰਸ ਜੋ ਹੈ ਉਸ ਨੂੰ ਵੀ ਘਟਾਇਆ ਗਿਆ, 3 ਸਾਲ ਕਰ ਦਿੱਤਾ ਗਿਆ, ਅਤੇ ਤੁਸੀਂ ਸਿਰਫ ਗਵਰਨਮੈਂਟ ਸਕੂਲ ਦੇ ਵਿੱਚ ਟੀਚਰ ਹੋਣੇ ਚਾਹੀਦੇ ਹੋ, ਚਾਹੇ ਤੁਸੀਂ ਪ੍ਰਾਇਮਰੀ ਟੀਚਰ ਹੋ, ਚਾਹੇ ਤੁਸੀਂ ਹੈੱਡ ਮਾਸਟਰ ਹੋ, ਚਾਹੇ ਤੁਸੀਂ ਮਾਸਟਰ ਮਿਸਟਰਸ ਹੋ, ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ, ਠੀਕ ਹੈ। ਤਾਂ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਇੰਪੋਰਟੈਂਟ ਚੀਜ਼ ਜੋ ਹੈਗੀ ਹੈ ਸਿਲੇਬਸ। ਤਾਂ ਤਿੰਨੇ ਹੀ ਪੋਸਟਾਂ ਲਈ ਜੋ ਸਿਲੇਬਸ ਹੈ ਉਸ ਦੇ ਵਿੱਚ ਚੇਂਜ ਲਿਆਂਦਾ ਗਿਆ, ਹਲਕਾ ਫੁਲਕਾ ਚੇਂਜ ਹੈ, ਕੋਈ ਬਹੁਤਾ ਵੱਡਾ ਚੇਂਜ ਨਹੀਂ ਹੈਗਾ, ਲੇਕਿਨ ਫਿਰ ਵੀ ਆਪਾਂ ਵੇਖੀਏ ਤਾਂ ਪਿਛਲੀ ਵਾਰ ਜੋ ਮੇਨ ਫੋਕਸ ਸੀਗਾ ਕੈਂਡੀਡੇਟਸ ਦਾ ਉਹ ਲੋਜੀਕਲ ਰੀਜ਼ਨਿੰਗ ਅਤੇ ਮੈਂਟਲ ਅਬਿਲਟੀ 'ਤੇ ਸੀਗਾ, ਜੋ ਕਿ 40 ਕੁਸ਼ਚਨ ਐਤਕੀ ਵਾਰ ਕਰ ਦਿੱਤੇ ਗਏ, ਪਿਛਲੀ ਵਾਰ 80 ਕੁਸ਼ਚਨ ਆਏ ਸੀਗੇ, ਠੀਕ ਹੈ। ਤਾਂ ਹੁਣ ਐਤਕੀ ਜੋ ਵੇਟੇਜ ਵਧਾਈ ਗਈ ਹੈ ਤੁਹਾਡੀ GK ਦੀ ਵਧਾਈ ਗਈ ਹੈ, GK ਦੇ ਵਿੱਚ ਇੱਥੇ ਕੁਛ ਹੋਰ ਸਬਜੈਕਟ ਵੀ ਐਡ ਕੀਤੇ ਗਏ ਨੇ ਜੋ ਤੁਸੀਂ ਖੁਦ ਕਰਨੇ ਹੋਣਗੇ, ਠੀਕ ਹੈ। ਤਾਂ ਇੱਥੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਆਪਣੇ ਜੋ ਕੁਸ਼ਚਨ ਨੇ ਉਹ 120 ਕੁਸ਼ਚਨ ਹੋਣਗੇ, ਪਿਛਲੇ ਵਾਰ ਦੇ ਵਾਂਗ 300 ਜੋ ਮਾਰਕਸ ਦਾ ਆਪਣਾ ਐਗਜ਼ਾਮ ਹੋਊਗਾ, ਲੋਜੀਕਲ ਰੀਜ਼ਨਿੰਗ ਅਤੇ ਜੋ ਮੈਂਟਲ ਅਬਿਲਟੀ ਹੈ ਉਸਦੇ 40 ਕੁਸ਼ਚਨ ਹੋਣਗੇ ਜੋ ਕਿ 100 ਮਾਰਕਸ ਦੇ ਬਣ ਗਏ, ਅਤੇ ਤੁਹਾਡੀ ਜੋ GK ਹੈ ਉਹ 80 ਕੁਸ਼ਚਨ ਹੋਣਗੇ ਜੋ ਕਿ ਤੁਹਾਡੇ 200 ਮਾਰਕਸ ਦੇ ਬਣ ਗਏ। GK ਦੇ ਵਿੱਚ ਇੱਥੇ ਕਰੰਟ ਅਫੇਅਰ ਤੁਸੀਂ ਕਰਨੇ ਨੇ, ਜਰਨਲ ਨੌਲੇਜ ਕਰਨੀ ਹੈ, ਹਿਸਟਰੀ, ਸਾਇੰਸ, ਜੋਗ੍ਰਾਫੀ, ਪੋਲਿਟੀ, ਇਕੋਨਮੀ, ਚਾਈਲਡ ਰਾਈਟਸ ਐਂਡ ਦੀ ਰਿਲੇਟਡ ਰੈਗੂਲੇਸ਼ਨ, ਠੀਕ ਹੈ। ਉਸ ਤੋਂ ਬਾਅਦ ਐਜੂਕੇਸ਼ਨ ਪੋਲਿਸੀ ਬਾਰੇ ਵੀ ਐਤਕੀ ਤੁਸੀਂ ਪੜ੍ਹ ਕੇ ਜਾਣਾ, ਇਹਦੇ ਵਿੱਚੋਂ ਵੀ ਕੁਸ਼ਚਨ ਆ ਸਕਦੇ, ਕਾਉਂਸਲਿੰਗ ਆਫ ਸਟੂਡੈਂਟਸ ਇਹਦੇ ਵਿੱਚੋਂ ਵੀ ਕੁਸ਼ਚਨ ਆ ਸਕਦੇ, ਐਡਮਿਨਿਸਟ੍ਰੇਸ਼ਨ ਐਂਡ ਮੈਨੇਜਮੈਂਟ ਆਫ ਸਕੂਲਸ ਇਹ ਵੀ ਤੁਸੀਂ ਪੜ੍ਹ ਕੇ ਜਾਣਾ, ਇਹ ਜੋ ਟੌਪਿਕ ਨੇ ਤੁਹਾਨੂੰ BEd ਦੀਆਂ ਕਿਤਾਬਾਂ ਦੇ ਵਿੱਚੋਂ ਮਿਲ ਸਕਦੇ ਹੈ। ਅਤੇ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਅੱਗੇ ਯੂਨੀਅਨ ਐਂਡ ਸਟੇਟ ਗਵਰਨਮੈਂਟ ਸਕੂਲ ਵੈਲਫੇਅਰ ਸਕੀਮਸ ਇਹ ਵੀ ਤੁਸੀਂ ਪੜ੍ਹ ਕੇ ਜਾਣੀਆਂ ਨੇ, ਨਿਊਟ੍ਰੀਸ਼ਨ, ਸੈਨੀਟਾਈਜੇਸ਼ਨ ਐਂਡ ਹੈਲਥ ਐਂਡ ਇੰਗਲਿਸ਼ ਐਂਡ ਪੰਜਾਬੀ। ਤਾਂ ਇੱਥੇ ਤੁਸੀਂ ਇਹ ਵੀ ਵੇਖੋ ਵੀ ਤੁਹਾਨੂੰ
ਇੰਗਲਿਸ਼ ਅਤੇ ਪੰਜਾਬੀ ਵੀ ਆਊਗੀ ਇਸ 80 ਕੁਐਸਚਨਾਂ ਦੇ ਵਿੱਚ। ਤਾਂ ਤੁਸੀਂ ਇਹ ਧਿਆਨ ਦੇ ਵਿੱਚ ਰੱਖਣਾ ਹੈ ਐਤਕੀ ਸਿਰਫ ਜੀਕੇ ਨਹੀਂ ਆਉਣੀ, ਜੀਕੇ ਦੇ ਵਿੱਚ ਤੁਹਾਨੂੰ ਇੰਗਲਿਸ਼ ਵੀ ਆਊਗੀ ਥੋੜ੍ਹੀ ਬਹੁਤ ਅਤੇ ਪੰਜਾਬੀ ਵੀ ਆਊਗੀ, ਠੀਕ ਹੈ। ਤਾਂ ਇੱਥੇ ਸਿਲੇਬਸ ਦੇ ਵਿੱਚ ਕੋਈ ਤੁਸੀਂ ਕਨਫਿਊਜ਼ਨ ਨਹੀਂ ਰੱਖਣੀ। ਮੇਨ ਤੁਸੀਂ ਇੱਥੇ ਕੀ ਪੜ੍ਹਨਾ, ਰੀਜ਼ਨਿੰਗ ਦੇ ਜਿਹੜੇ ਟੋਪਿਕ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਹੁੰਦਾ ਵੀ 6 ਟੋਪਿਕ ਬੜੇ ਇੰਪੋਰਟੈਂਟ ਟੋਪਿਕ ਨੇ, ਉਹ ਤੁਸੀਂ ਕਰਕੇ ਜਾਣ ਹੀ ਜਾਣੇ ਨੇ। ਉਹ ਟੋਪਿਕ ਜੇਕਰ ਆਪਾਂ ਗੱਲ ਕਰੀਏ ਤਾਂ ਬਲੱਡ ਰਿਲੇਸ਼ਨ ਹੋ ਗਿਆ, ਡਾਇਰੈਕਸ਼ਨ ਹੋ ਗਿਆ ਤੁਹਾਡਾ, ਉਸ ਤੋਂ ਬਾਅਦ ਪਜ਼ਲਾਂ ਹੋ ਗਈਆਂ, ਠੀਕ ਹੈ। ਇਸ ਤੋਂ ਬਾਅਦ ਤੁਹਾਡੀ ਕੀ ਹੋ ਗਈ, ਸੀਰੀਜ਼ ਹੋ ਗਈ। ਤਾਂ ਇਹ ਕੁਛ ਟੋਪਿਕਸ ਨੇ ਜਿਹੜੇ ਕਿ ਮੈਂ ਬਾਰ ਬਾਰ ਪਿਛਲੀਆਂ ਵੀਡੀਓਜ਼ ਦੇ ਵਿੱਚ ਵੀ ਤੁਹਾਨੂੰ ਦੱਸਦਾ ਰਹੇ। ਤਾਂ ਤੁਸੀਂ ਉਹ 6-7 ਟੋਪਿਕ ਕਵਰ ਕਰਕੇ ਹੀ ਕਰਕੇ ਜਾਣੇ ਨੇ, ਲੋਜੀਕਲ ਰੀਜ਼ਨਿੰਗ ਅਤੇ ਮੈਂਟਲ ਅਬਿਲਿਟੀ ਦੇ। ਆਲਰੇਡੀ ਆਪਣਾ ਇੱਕ ਕੋਰਸ ਚੱਲ ਰਿਹਾ, ਉਸ ਕੋਰਸ ਦੇ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ, ਠੀਕ ਹੈ। ਉਹਦੇ ਵਿੱਚ ਮੈਂ ਰੀਜ਼ਨਿੰਗ ਜੋ ਹੈ ਸਾਰੀ ਕਵਰ ਕਰ ਚੁੱਕੇ ਹਾਂ, ਠੀਕ ਹੈ। ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਇੱਥੇ ਜੀਕੇ ਨੂੰ ਤੁਸੀਂ ਕਿੱਦਾਂ ਕਵਰ ਕਰਨਾ, ਤਾਂ ਜੀਕੇ ਦੇ ਵਿੱਚ ਜੋ ਤੁਸੀਂ ਮੇਨ ਧਿਆਨ ਦੇਣਾ ਹਿਸਟਰੀ, ਪੋਲਿਟੀ ਅਤੇ ਜੋ ਇਹ ਆਪਣੀ ਸਾਇੰਸ ਹੈ ਇਸ ਦੇ ਉੱਤੇ ਦੇਣੇ, ਅਤੇ ਉਸ ਤੋਂ ਬਾਅਦ ਇੰਗਲਿਸ਼ ਅਤੇ ਪੰਜਾਬੀ ਦੇ ਉੱਤੇ ਧਿਆਨ ਦੇਣਾ, ਠੀਕ ਹੈ। ਬਾਕੀ ਇਹ ਵਾਲਾ ਜੋ ਪੋਰਸ਼ਨ ਹੈ ਐਜੂਕੇਸ਼ਨ ਪੋਲਿਸੀ ਆਫ ਯੂਨੀਅਨ ਐਂਡ ਸਟੇਟ ਗਵਰਨਮੈਂਟ ਕਾਉਂਸਲਿੰਗ ਆਫ ਸਟੂਡੈਂਟਸ, ਇਹ ਕੁਛ ਕੁਛ ਪੇਜਾਂ ਦੇ ਹੀ ਟੋਪਿਕਸ ਨੇ, ਮਤਲਬ ਕਿ ਤੁਸੀਂ ਬਸ ਇੱਕ ਵਾਰ ਇਹਨਾਂ ਵਿੱਚ ਗੋ ਥਰੂ ਹੀ ਆਉਣਾ, ਠੀਕ ਹੈ। ਉਸ ਤੋਂ ਬਾਅਦ ਇੰਟਰਵਿਊ ਹੈਗਾ ਤੁਹਾਡਾ 40 ਮਾਰਕਸ ਦਾ, 340 ਟੋਟਲ ਮਾਰਕਸ ਬਣਨਗੇ, ਅਤੇ ਉਹਦੇ ਵਿੱਚੋਂ ਆਪਣਾ ਰਿਜ਼ਲਟ ਜੋ ਉਹ ਕੱਢਿਆ ਜਾਊਗਾ। ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਕਿ ਆਪਾਂ ਕਦੋਂ ਤਾਈਂ ਅਪਲਾਈ ਕਰ ਸਕਦੇ ਹਾਂ, ਤਾਂ ਅਪਲਾਈ ਕਰਨ ਦੀ ਜੋ ਲਾਸਟ ਡੇਟ ਹੈ ਤੁਹਾਡੀ 30 ਅਪ੍ਰੈਲ 2020 ਹੈ। 7/5/2020 ਤਾਈਂ ਤੁਸੀਂ ਚਲਾਨ ਦੀ ਜੋ ਫੀਸ ਹੈ ਉਹ ਭਰ ਸਕਦੇ ਹੋ, ਠੀਕ ਹੈ। BPO ਦੀ ਜੋ ਪੋਸਟ ਹੈ ਇਹਦੇ ਵਿੱਚ ਵੀ ਲਿਖਿਆ ਹੋਇਆ ਕਿ ਤੁਹਾਡਾ ਜੋ ਇਗਜ਼ਾਮ ਹੈ ਇਹ 2020 ਨੂੰ ਕੰਡਕਟ ਕਰਵਾਇਆ ਜਾਊਗਾ। ਮਤਲਬ ਸਾਰੀਆਂ ਪੋਸਟਾਂ ਦਾ ਇਗਜ਼ਾਮ ਤਾਂ ਇੱਕ ਹੀ ਹੋਣੇ, ਅਤੇ ਤੁਹਾਡਾ ਮਈ ਦੇ ਵਿੱਚ ਇਗਜ਼ਾਮ ਹੋ ਸਕਦਾ ਹੈ, ਠੀਕ ਹੈ। ਤਾਂ ਮਈ ਦੇ ਐਂਡ ਦੇ ਵਿੱਚ ਜਾਂ ਮਿਡ ਦੇ ਵਿੱਚ ਤੁਹਾਡਾ ਐਗਜ਼ਾਮ ਹੋ ਸਕਦਾ, ਤਾਂ ਤੁਸੀਂ ਇਹ ਚੀਜ਼ ਧਿਆਨ ਦੇ ਵਿੱਚ ਰੱਖਣੀ ਹੈ। ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਕਿ ਫੀਸ ਕੀ ਹੈ। ਤਾਂ ਫੀਸ ਤੁਸੀਂ ਜਾਣਦੇ ਹੋ ਕਿ ਜਿਹੜੇ ਸ਼ਡਿਊਲ ਕਾਸਟ ST ਜਾਂ ਫਿਰ ਬੈਕਵਰਡ ਕਲਾਸਿਸ ਨੂੰ ਬਿਲੋਂਗ ਕਰਦੇ ਨੇ ਉਹਨਾਂ ਲਈ 1125 ਰੁਪਏ ਫੀਸ ਹੈ, ਲੇਕਿਨ ਉਹ ਪੰਜਾਬ ਸਟੇਟ ਦੇ ਹੋਣੇ ਚਾਹੀਦੇ ਆ। ਆਲ ਅਦਰ ਜੋ ਕੈਟਾਗਰੀਜ਼ ਨੇ ਇਹਨਾਂ ਕੈਟਾਗਰੀਜ਼ ਨੂੰ ਛੱਡ ਕੇ ਉਹਨਾਂ ਲਈ 3000 ਫੀਸ ਹੈ। EX ਸਰਵਿਸਮੈਨ ਜੋ ਪੰਜਾਬ ਦੇ ਨੇ ਉਹਨਾਂ ਲਈ 500 ਰੁਪਇਆ ਫੀਸ ਹੈ। PWD ਵਾਲੇ ਜੋ ਕੈਂਡੀਡੇਟਸ ਨੇ, ਪਰਸਨ ਵਿਦ ਡਿਸੇਬਿਲਟੀ, ਉਹਨਾਂ ਲਈ 1750 ਰੁਪਏ ਫੀਸ ਹੈ, ਠੀਕ ਹੈ। ਤਾਂ ਇਹ ਚੀਜ਼ ਜੋ ਹੈ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਸਿਲੇਬਸ ਬਾਰੇ ਮੈਂ ਤੁਹਾਨੂੰ ਪੂਰੀ ਜਾਣਕਾਰੀ ਪ੍ਰੋਵਾਈਡ ਕਰਾ ਚੁੱਕੇ ਹਾਂ, ਅਤੇ ਬਸ ਇਹੀ ਜਾਣਕਾਰੀ ਮੈਂ ਤੁਹਾਨੂੰ ਦੇਣੀ ਸੀਗੀ।